ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਠੀਕ ਠਾਕ ਸਾਰੇ? ਹਾਂਜੀ, ਅੱਜ ਆਪਾਂ ਵੱਢਾਂਗੇ ਕਰੇਲਿਆਂ ਦੀਆਂ ਵੱਲਾਂ, ਕਿਉਂ ਕਰੇਲੇ ਹੁਣ ਲੱਗਣੋਂ ਅੜ ਗਏ ਸੀ, ਪਹਿਲੋਂ ਬਥੇਰੇ ਲੱਗਦੇ ਰਹੇ ਆ, ਅਤੇ ਕੁਝ ਜਿਹੇ ਵੱਲਾਂ ਸੁੱਕ ਗਈਆਂ ਵਿੱਚੋਂ, ਅਤੇ ਤਾਂ ਕਰਕੇ ਮੈਂ ਸੋਚਿਆ ਵੀ ਚੱਲ ਵੱਢ ਦਿੰਦੇ ਆਪਾਂ। ਇਹ ਹੁਣ ਤਾਂ ਹਨੇਰੀ ਕਰਕੇ ਡਿੱਗੇ ਪਏ ਥੱਲੇ, ਇਹ ਆਪਾਂ ਦੋਵੇਂ ਬੰਨੇ ਡੰਡੇ ਕੱਢ ਕੇ ਅਤੇ ਵਿੱਚ ਜਾਲ ਬਣਾ ਕੇ ਅਤੇ ਫਿਰ ਵੱਲਾਂ ਚੜ੍ਹਾਈਆਂ ਸੀ, ਤਾਂ ਅਤੇ ਹਨੇਰੀ ਨੇ ਦੋ ਤਿੰਨ ਵਾਰੀ ਸੁੱਟਤੇ ਆ ਫਿਰ ਗੱਡੇ, ਅਤੇ ਫਿਰ ਹਨੇਰੀ ਜਦੋਂ ਆਉਂਦੀ ਆ ਅਤੇ ਉਹਦੇ ਨਾਲ ਡਿੱਗ ਪੈਂਦੀ ਆ, ਕੋਈ ਵੱਲਾਂ ਵੀ ਇੱਕ ਵਾਹਵਾ ਵੱਧ ਜਾਂਦੀਆਂ ਅਤੇ ਉਹਦੇ ਨਾਲ ਭਾਰ ਜਿਹਾ ਬਣ ਜਾਂਦਾ, ਅਤੇ ਉਹ ਡੰਡੇ ਥੋੜ੍ਹੇ ਜਿਹੇ ਮਾੜੇ ਸੀ ਸਾਈਡਾਂ ਵਾਲੇ, ਅਤੇ ਉਹ ਡਿੱਗਣ ਕਰਕੇ ਉਹ ਸਾਰੀ ਡੰਡ ਜੀ ਲੈ ਗਈ। ਮੈਂ ਸੋਚਿਆ ਵੀ ਅੱਜ ਵੱਢ ਦਿੰਦੇ ਇਹਨਾਂ ਨੂੰ, ਨਾਲੇ ਥਾਂ ਜਿਹਾ ਸਾਫ਼ ਹੋ ਜੂਗਾ, ਅਤੇ ਇੱਥੇ ਕੋਈ ਹੋਰ ਸਬਜ਼ੀ ਨਜ਼ਰ ਲਾ ਦਾਂਗੇ। ਇਹ ਤਾਂ ਗਰਮੀ ਬਹੁਤ ਆ ਜੀ, ਬਹੁਤ ਮੰਦੇ ਹਾਲ ਆ, ਸਾਉਣ ਮਹੀਨਾ ਮੈਂ ਅੱਧਾ ਚਲੇ ਚੱਲਿਆ ਹੋਣਾ ਅਤੇ ਅਜੇ ਤੱਕ ਕੋਈ ਮੀਂਹ ਨਹੀਂ ਪਿਆ। ਅਤੇ ਹਾਂਜੀ, ਜਿਹੜੇ ਆਪਣੇ ਚੈਨਲ 'ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਮੈਂਟ ਜ਼ਰੂਰ ਕਰਦਾ ਕਰੋ। ਅਤੇ ਹਾਂਜੀ, ਤੁਸੀਂ ਵੇਖੋ ਵੀਡੀਓ ਅਤੇ ਆਪਾਂ ਕਰਦੇ ਹਾਂ ਕੰਮ। ਧੰਨਵਾਦ।